ਰਵਾਣੇ ਦੇ ਏਰੀਆ ਦੀ ਟੀਮ ਤੇ ਦੂਜੇ ਪਾਸੇ ਸੌਂਗਲ ਲਓ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਤਿਆਰ ਵਰ ਤਿਆਰ ਹੈ ਟੀਟਾ ਧਨੌਰੀ ਵਾਲਾ ਪਹਿਲੀ ਕਬੱਡੀ ਪਾ ਰਿਹਾ ਹੈ ਸੈਮੀ ਫਾਈਨਲ ਦੀ ਚਾਰ ਜਾਫੀ ਤਿਆਰ ਵਰ ਤਿਆਰ ਨੇ ਉਧਰਲੇ ਪਾਸੇ ਮੋਟੇ ਵਰਗੇ ਆਪਾਂ ਵੇਖਦੇ ਵੀ ਦੀਪ ਸਿਰਸਲ ਵਰਗੇ ਪਹਿਲੀ ਰੇਡ ਉਹ ਸਾਹਮਣੇ ਨੌਜਵਾਨ ਪਹਿਲੀ ਕਬੱਡੀ ਦੇ ਪਹਿਲਾ ਟੱਚ ਦੇ ਪਹਿਲਾ ਨੰਬਰ ਧਨੌਰੀ ਦੇ ਵਾਸਤੇ ਜੁੜਦਾ ਹੋਇਆ ਟੀਟਾ ਧਨੌਰੀ ਵਾਲਾ ਕਾਲਾ ਕਿੱਥੋਂ ਦਾ ਮਸ਼ਹੂਰ ਖਿਡਾਰੀ ਹੋਇਆ ਹੈ ਪੰਜਾਬ ਰਾਜ ਬਿਜਲੀ ਬੋਰਡ ਦੇ ਲਈ ਖੇਡਦਾ ਰਿਹਾ ਹੈ ਔਰ ਦਿੜਵਾ ਦੀ ਟੀਮ ਲਈ ਖੇਡਦਾ ਰਿਹਾ ਹੈ ਪਰ ਅਗਲੀ ਕਬੱਡੀ ਮੈਦਾਨ ਦੇ ਵਿੱਚ ਸੌਂਗਲ ਵਾਲਾ ਪਾਉਣ ਦੇ ਲਈ ਵਾਧਾ ਹੋਇਆ ਗੋਗੀ ਸੌਂਗਲ ਵਾਲਾ ਛੋਟੀ ਉਮਰ ਦਾ ਖਿਡਾਰੀ ਕਿ ਕੋਈ ਅਲੀ ਆਖੇ ਕੋਈ ਬਲੀ ਆਖੇ ਕੋਈ ਆਖਦਾ ਰੱਬ ਸੱਚੇ ਮਾਲਕਾਂ ਨੂੰ ਮੈਨੂੰ ਸਮਝ ਨਾ ਆਵੇ ਕਿ ਨਾਮ ਦੇਵਾਂ ਉਸ ਗੋਲ ਚੱਕੀ ਦੇ ਚਾਲਕਾਂ ਨੂੰ ਔਰ ਸਾਹਮਣੇ ਗੋਗੀ ਨੇ ਕਬੱਡੀ ਪਾ ਦਿੱਤੀ ਹੈ ਕਹਿਲੀ ਪਾਈ ਵਾਲਾ ਕਨੀ ਦੇ ਉੱਤੇ ਦੂਜੇ ਪਾਸੇ ਕਹਿੰਦੇ ਕਾਲਾ ਜਾਂਡਲੀ ਪਿੰਡ ਦਾ ਪਰ ਨੰਬਰ ਕਿਹੜਾ ਰੇਡਰ ਦੇ ਹਿੱਸੇ ਜੁੜ ਗਿਆ ਲੈ ਵੀ ਅਮਰੀਕ ਕਰ ਗੱਲ ਨੌਜਰ ਧਨੌਰੀ ਵਾਲਾ ਕਬੱਡੀ ਆਓ ਸਾਹਮਣੇ ਕਹਿੰਦੇ ਗੋਗੀ ਦੀ ਰੇਡ ਪੈ ਰਹੀ ਇਸ ਵੇਲੇ ਖੇਡ ਗਰਾਊਂਡ ਦੇ ਵਿੱਚ ਆਓ ਪੀਤੂ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਆਓ ਸਾਹਮਣੇ ਕਹਿੰਦੇ ਮੀਤੂ ਤੇ ਸਾਹਮਣੇ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਹੁਣ ਦੇਖਾਂਗੇ ਵੀ ਕਿਹੜਾ ਬੱਲੇ ਬੱਲੇ ਕਰਵਾਵੇਗਾ ਅੱਜ ਕਹਿੰਦੇ ਚੋਟੀ ਦੀਆਂ ਟੀਮਾਂ ਬਣ ਕੇ ਬਹਾਦਰਪੁਰ ਵਾਲੇ ਖਿਡਾਰੀ ਆਪਣੀ ਗੱਡੀ ਕੋਲੇ ਚਲੇ ਜਾਣ ਬਲਕਾਰ ਲੰਡੀ ਬਹਾਦਰਪੁਰ ਵਾਲਾ ਆਪਣੀ ਗੱਡੀ ਕੋਲੇ ਚਲਾ ਜਾਵੇ ਤੇ ਸਾਥੀ ਉਡੀਕ ਰਿਹਾ ਉਹਨਾਂ ਦਾ ਮੈਚ ਹੈ ਇਸ ਤੋਂ ਬਾਅਦ ਉਹ ਆਪਣੀ ਗੱਡੀ ਕੋਲੇ ਚਲੇ ਜਾਣ ਬਹਾਦਰਪੁਰ ਵਾਲੇ ਫਿਰ ਉਡੀਕੇ ਨਹੀਂ ਜਾਣਗੇ ਅਗਲੇ ਖਿਡਾਰੀ ਵੀ ਤਿਆਰ ਵਰ ਤਿਆਰ ਹਨ ਦਿੜਬਾ ਦੇ ਫਤਿਹਗੜ੍ਹ ਛੰਨਾ ਦਾ ਅਗਲਾ ਸੈਮੀ ਫਾਈਨਲ ਹੋਵੇਗਾ ਲੋ ਬਿੱਕਾ ਕਬੱਡੀ ਪਾ ਰਿਹਾ ਛਾਤਰ ਵਾਲਾ ਔਰ ਸਾਹਮਣੇ ਸੌਗਲ ਦੀ ਟੀਮ ਵੱਲੋਂ ਜਾਨਦਰ ਖਿਡਾਰੀ ਔਰ ਦੂਜੇ ਪਾਸੇ ਕਹਿੰਦੇ ਕਾਲਾ ਜਾਂਡਲੀ ਵਾਲਾ ਕਿ ਸੱਥ ਵਿੱਚ ਗੱਲ ਚੱਲੇ ਜਗਤਾਰ ਅਤੇ ਕਾਲੇ ਦੀ ਕਿਹੜਾ ਕਰੂ ਰੀਸ ਕਹਿੰਦੇ ਬਾਜੇ ਖਾਨੇ ਵਾਲੇ ਦੀ ਕਿਹੜਾ ਕਰੂ ਰੀਸ ਕਹਿੰਦੇ ਬਾਜੇ ਖਾਨੇ ਵਾਲੇ ਦੀ ਕੰਮੀ ਤਾਸ਼ਪੁਰੀ ਅਮਰੀਕ ਅਗਲੀ ਕਬੱਡੀ ਪਾ ਰਿਹਾ ਆਓ ਸਾਹਮਣੇ ਕਹਿੰਦੇ ਕੰਮੀ ਤਾਸ਼ਪੁਰੇ ਵਾਲਾ ਨੌਜਵਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰਾਂ ਦੇ ਵਿੱਚ ਕਹਿੰਦੇ ਵੱਡਾ ਨਾਮ ਹੈ ਨੌਜਵਾਨ ਦਾ ਹੁਣ ਕੌਣ ਜਾਫੀ ਜੱਸਾ ਲਾ ਕੇ ਬੱਲੇ ਬੱਲੇ ਕਰਵਾਵੇਗਾ ਆਪਣੀ ਟੀਮ ਦੇ ਲਈ ਦੋ ਟੀਮਾਂ ਕਹਿੰਦੇ ਚੋਟੀ ਦੀਆਂ ਟੀਮਾਂ ਹੈ ਇੱਕ ਪਾਸੇ ਕਹਿੰਦੇ ਆਓ ਕੰਮੀ ਕਹਿੰਦੇ ਕਬੱਡੀ ਪਾ ਰਿਹਾ ਹੈ ਸੱਤ ਝਨੇੜੀ ਵਾਲਾ ਅਮਰੀਕਾ ਵਾਲੇ ਕਹਿੰਦੇ ਬਬਲੂ ਦੀ ਜੁੰਡੀ ਦਾ ਯਾਰ ਹੈ ਸੱਤ ਝਨੇੜੀ ਵਾਲਾ ਆਓ ਕਰਦਾ ਇਸ਼ਾਰਾ ਨੰਬਰ ਰੇਡਰ ਦਾ ਅਗਲੀ ਰੇਡ ਤੇ ਬੋਲ ਮਾਹੀ ਜੀ ਹੋਣਾ ਦੇ ਆਓ ਗੋਗੀ ਕਬੱਡੀ ਪਾਉਣ ਦੇ ਵਾਸਤੇ ਸੌਂਗਲ ਵਾਲਾ ਅੱਗੇ ਵੱਲ ਵੱਧਦਾ ਹੋਇਆ ਹਰਿਆਣੇ ਦੀਆਂ ਦੋਨੋਂ ਟੀਮਾਂ ਕਿ ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ ਦਿੱਲੀ ਆਗਰੇ ਹਾਂਸੀ ਹਸਾਰ ਮੀਆਂ ਬੀਕਾਨੇਰ ਅਜਮੇਰ ਜੈਪੁਰ ਲਖਨਊ ਪੰਜਾਂ ਭਾਜੜਾ ਜਮਨਾ ਤੋਂ ਪਾਰ ਮੀਆਂ ਉਹ ਚੜੀ ਸਭ ਪੰਜਾਬ ਦੀ ਬਾਦਸ਼ਾਹੀ ਨਹੀਂ ਰਣਾ ਦਾ ਅੰਤ ਸਮਾਰ ਮੀਆਂ ਸਾ ਮੁਹੰਮਦਾ ਕਿਤੇ ਨਾ ਅਟਕਣਾ ਜੀ ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ ਉਹ ਦਿੱਲੀ ਦੇ ਬਾਰਡਰ ਤੇ ਸਿੰਘਾਂ ਨੇ ਛਾਉਣੀ ਪਾ ਲਈ ਦਿੱਲੀ ਦੇ ਬਾਰਡਰ ਤੇ ਦਿੱਲੀ ਦੇ ਬਾਰਡਰ ਨੂੰ ਪੰਜਾਬੀਆਂ ਨੇ ਘੇਰਿਆ ਹੋਇਆ ਔਰ ਸਾਹਮਣੇ ਕਬੱਡੀ ਕਹਿੰਦੇ ਟੀਟਾ ਪਾ ਰਿਹਾ ਧਨੌਰੀ ਵਾਲਾ ਧਨੌਰੀ ਵਾਲੇ ਦੀ ਰੇਡ ਪੈ ਰਹੀ ਹੈ ਜਾਫੀ ਚਾਰ ਤਿਆਰ ਵਰ ਤਿਆਰ ਦੇ ਸਾਹਮਣੇ ਨੌਜਵਾਨ ਵੱਧ ਕੇ ਟਰਾਈ ਕਰਦਾ ਹੋਇਆ ਤੇ ਟੀਟਾ ਹੱਥੋਂ ਤਿਲਕ ਗਿਆ ਪੁਆਇੰਟ ਜਿਹੜਾ ਧਨੌਰੀ ਦੇ ਵਾਸਤੇ ਪੁਆਇੰਟ ਰੇਡਰ ਦੇ ਵਾਸਤੇ ਜੁੜਦਾ ਆਓ ਸਾਹਮਣੇ ਕਹਿੰਦੇ ਬਿੱਕਾ ਛਾਤਰ ਦੀ ਧਰਤੀ ਦਾ ਅਗਲੀ ਰੇਡ ਪਾਉਣ ਦੇ ਲਈ ਵਧਿਆ ਖੇਡ ਦੇ ਮੈਦਾਨ ਦੇ ਵਿੱਚ ਆਓ ਕਹਿੰਦੇ ਟਰਾਈ ਕੀਤੀ ਹੈ ਮੁੰਡੇ ਨੇ ਕਿ ਮੈਗੀਆਂ ਦਾ ਕਦੇ ਭਲਵਾਨ ਰੱਜਦੇ ਮਿੱਤਰੋ ਜਹਾਜ਼ਾਂ ਨੂੰ ਨਹੀਂ ਰੋੜੇ ਵੱਜਦੇ ਆਓ ਕਦੇ ਨਾ ਪੜਾਕੂ ਮੂਹਰੇ ਅੜੇ ਡਿਗਰੀ ਤੇ ਚੋਰਾਂ ਮੂਹਰੇ ਅੜਦੇ ਨੀ ਜਿੰਦੇ ਸੋਹਣਿਆ ਮਾਮਾ ਦੀ ਦੇ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਪਾਇਟਕਾਂ ਦੇ ਦੁੱਧ ਨੀ ਉਹ ਦਿੰਦੇ ਵੇ ਮਿੱਤਰਾ ਉਹ ਸਾਹਮਣੇ ਕਬੱਡੀ ਕਹਿੰਦੇ ਇਸ ਸਮੇਂ ਧਨੌਰੀ ਵਾਲਾ ਪਾ ਰਿਹਾ ਹੈ ਜਾਫੀ ਚਾਰ ਨੇ ਸੌਂਗਲ ਪਿੰਡ ਦੇ ਇੱਕ ਪਾਸੇ ਮੈਂ ਵੇਖਦਾ ਵੀ ਮੋਟਾ ਉਹ ਸਾਹਮਣੇ ਨੌਜਵਾਨ ਧਨੌਰੀ ਵਾਲਾ ਇਸ ਸਮੇਂ ਲਾ ਲਾ ਕੇ ਸੁੱਟਦਾ ਹੋਇਆ ਬਹੁਤ ਸੋਹਣਾ ਪੁਆਇੰਟ ਕਦੇ ਰਾਮ ਮਿਹਰ ਦੀਆਂ ਗੱਲਾਂ ਹੋਈਆਂ ਧਨੌਰੀ ਦੇ ਲਈ ਕਦੇ ਕਾਲੇ ਦੀਆਂ ਗੱਲਾਂ ਹੁੰਦੀਆਂ ਕਦੇ ਟੀਟੇ ਦੀਆਂ ਕਦੇ ਬਾਬਰੂ ਦੀਆਂ ਕਦੇ ਕ੍ਰਿਸ਼ਨ ਦੀਆਂ ਕਦੇ ਉਸੇ ਪਿੰਡ ਦੇ ਲਈ ਕਹਿੰਦੇ ਸ਼ਿਲੂ ਖੇਡਿਆ ਕਦੇ ਬਜਿੰਦਰ ਖੇਡਿਆ ਸੂਜਾਗੜੀ ਵਾਲਾ ਬਹੁਤ ਵੱਡਾ ਨਾਂ ਹੈ ਧਨੌਰੀ ਦਾ ਤੇ ਵੱਡਾ ਪਿੰਡ ਹੈ ਹੰਸਡੇਰ ਦੇ ਏਰੀਏ ਦਾ ਨਰਵਾਣੇ ਦੇ ਏਰੀਏ ਦਾ ਧਨੌਰੀ ਦੂਜੇ ਪਾਸੇ ਸੌਂਗਲ ਹੈ ਉਹ ਪਾਈ ਵਾਲਾ ਕੈਲੀ ਖੜਾ ਕਾਲੀ ਨਿੱਕਰ ਦੇ ਵਿੱਚ ਇੱਕ ਕੈਲੀ ਢੱਲਵਾਂ ਵਾਲਾ ਬਹੁਤ ਮਸ਼ਹੂਰ ਹੋਇਆ ਬਰਨਾਲੇ ਜ਼ਿਲ੍ਹੇ ਦਾ ਪਰ ਸਾਹਮਣੇ ਆਪਾਂ ਵੇਖਦੇ ਵੀ ਨੌਜਵਾਨ ਗੋਗੀ ਬਹੁਤ ਆਤਮ ਵਿਸ਼ਵਾਸ ਦੇ ਨਾਲ ਹੱਥ ਲਾ ਕੇ ਵਾਪਸ ਆਉਂਦਾ ਹੋਇਆ ਇੱਕ ਪੁਆਇੰਟ ਦਾ ਹੋਰ ਵਾਧਾ ਕਰਦਾ ਹੋਇਆ ਤਾਸ਼ਪੁਰੀਆ ਕੰਮੀ ਰਤੀਏ ਦੇ ਏਰੀਏ ਦਾ ਖਿਡਾਰੀ ਕਬੱਡੀ ਪਾ ਰਿਹਾ ਹੈ ਆਓ ਸਾਹਮਣੇ ਕਹਿੰਦੇ ਕੰਮੀ ਤਾਸ਼ਪੁਰੀਆ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਕਹਿੰਦੇ ਤਿਆਰ ਪਰ ਤਿਆਰ ਹੈ ਸਾਹਮਣੇ ਚਾਰ ਨੇ ਸੋਨੂ ਵਰਗੇ ਦੋ ਨੰਬਰ ਤੇ ਆ ਕਹਿੰਦੇ ਸੋਨੂ ਸੋਨੇ ਨੂੰ ਦੁਨੀਆ ਮੋਟਾ ਵੀ ਕਹਿੰਦੀ ਹੈ ਆਓ ਦੇਖੋ ਸਾਹਮਣੇ ਉਹ ਬੱਲੇ ਬੱਲੇ ਹੁੰਦੀ ਨੀ ਕਰਾਉਣੀ ਪੈਂਦੀ ਹੈ ਇੱਧਰ ਕਹਿੰਦੇ ਕੰਮੀ ਤਾਸ਼ਪੁਰੀਆ ਉਹ ਕਬੱਡੀ ਪਾ ਰਿਹਾ ਦੇ ਨੰਬਰ
नंबर कहते रेडर कले कले की खेड कबड्डी है सारा टब्बर लग गया टब्बर टच होया कि कले टकरे दे हाल सुनावा साढ़े उत्ते की गुजरी और सामने कबड्डी छात्र वाला विका पा रहा है विके की रेड दे काला जानली वाला और जानली वाला काला है जिदे वीर ने कहते फोर ट्रैक्टर जिते है पंजाब के खेड मेलिया उत्ते होर ट्रैक्टर का जेतू रहा सोनू यांडली वाला पर अगली कबड्डी टीटा तनौरी वाला है अमरीक दो साल तो बाद फिट होके आया टीटा फिर ग्राउंड के धुम्मा पा रहा है दो साल थोड़ा गैप रहा दो साल तो बाद फिर नौजवान ने तैयारी की है तो फिर पंजाब हरियाणा के खेड मैदान गल चली है इस नौजवान की भी टीटा तनौरी वाला वो दोबारा आ गया खेड मैदान अगली रेड गोगी दी रही है। काला कहने सीनियर प्लेयर है सोनू का कहने नाम चलिया है आओ चांडली पिंड का कहने जिक्र होता है इधर कहने ट्राई की मुंडे ने आओ गोगी की स्पीड बड़ी है लाओ कहने इस वेले मीतू रेड पाउण दे लई पादा मेरे मित्रो चार जासी चार रे के बंदा नहीं है कुत्तिया की जात होनी है कटदा है गाल जेड़ा सकी भैन ने जिने प्यो की दाड़ी नू हथ पालिया कट्टा खड़ा हो जे ने पुत कहण नू टाण शोम गलियों च बड़े फिर दे जमने नी माण किते छिंदे सोणिया मावा दी जे छाती विच मिलदी दलेरी पैकटां दे दुद्ध नी ओ दिंदे सोणिया मावा दी जे छाती विचों मिलदी दलेरी और ढाक हिक दे उत्ते बैठा ते नाल मिट्टी भी ला रहा नौजवान कहिंदा वी थोड़ा चिकना सी ये हरियाणे वाले चिकना कहिंदे है लो इधरले पासे छात्र वाला फिर कबड्डी पाउण दे वास्ते वाधा होया फतेहगढ़ छन्ना दे दड़बा मंडी दूजा सैमीफाइनल होगा यह भी टीम खेड ग्राउंड के जुड़ जा फतेहगढ़ छन्ना ते दड़बा मंडी एन कहते अज के कबड्डी टूरनामेंट का सिखरला मैच होगा दड़बा मंडी के फतेहगढ़ छन्ना का और ताशपुरिया कमी रेड पाउण दे वास्ते फिर नौजवान वाधा होया तेग तरार है और दूजे पासे कहिंदे नौजवान आपां वेखदे वी सौंकल वाला मोटा मुकाबला करदा होया सज्जे खब्बे घेरदा होया कमी दी रेड पई हुई है उड़दा होया रेता है सज्जे खब्बे हल्की जी डौ दे के नौजवान बहुत सोहना पॉइंट इस समय अपनी टीम दे हिस्से जोड़दा होया कि अणखीले अते जशीले खेडण खेड कबड्डी दी इक जोर दे नाल मैदानी पूरियां पाउंदे ने गर्म खून है राजे खेले चढ़दियां उमरां दा ओ गभरू पुत मापिआं दे कहिंदे ना चमकाउंदे ने गबरू पुत मापिया दे आओ ना चमकाउंदे ने ना चमकाउंदे ने ना चमकाउंदे ने प्यार दी खेड प्यार दे नाल मेहर करे परमात्मा आओ मुंडा मुड़ मुड़ के वेखदा वी आ की हो गया आ की हो गया लो अगली कबड्डी फिर धनौरी वाला टीटा पा रहा है धनौरी वाले टीटे दी रेड है ते दूजे पासे दीपा सिरसल वाले दीपे दी जोड़ी कहिंदे संजू दे नाल मशहूर रही है मौजपुरिया संजू ते दीपा सिरसल जिन्होंने चोटी दे जफे लाए है हरियाणे दे लई मोटरसाइकिल जिते है विका छात्र वाला अगली कबड्डी पाउण दे वास्ते फिर वधदा है नौजवान ते कैली और पाई वाला कैली मुकाबला करदा है ते पॉइंट धावी दे हिस्से जा जुड़िया है सौंगल दी टीम दे लई पॉइंट दा वाधा हुंदा होया गड़बा मंडी ते फतेहगढ़ छन्ना ओह वी ग्राउंड दे विच आ जाण उस तों बाद 75 किलो भार दा जिहड़ा फाइनल मैच होना है ओह वी टीमां तैयार वर तैयार रहन क्योंकि अपने को जे अगले तीन मैच ने मेरी बेनती है तीनों मैचों दी टीमों भी खिडारी हुण देरी नहीं करनगे टाइम के नाल ही ग्राउंड के आउणगे टाइम जिहड़ा है बहुत ज़्यादा हो चुका है टाइम जिहड़ा ओवर हो चुका है कल नूं भी मैच इन्हां दे विचों बहुत सारे खिडारियों ने मेरी खेडना है क्योंकि कल के मैच ने जिहड़े आल ओपन के मैच ने और इन्हां दे विचों बहुत सारे खिडारी जाणगे लो छात्र वाले विके दी रेड पै रही है आओ विका कहिंदे छात्र दी धरती दा रेड पा रहा है शिकायतां नाल दब लिया जे प्यार नूं भुल गए सोहणे को दिलां दे व्यापार नूं हत्थां दी अमैल धम्मी छड पैसे धेले आ सोहणे वे जागे ਜਿਉਂਦਿਆਂ ਦੇ ਮੇਲੇ ਜੱਗ ਤੇ ਜਿਉਂਦਿਆਂ ਦੇ ਮੇਲੇ ਹੈ ਉਧਰਲੇ ਪਾਸੇ ਟੀਟਾ ਫਿਰ ਕਬੱਡੀ ਪਾ ਕੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਗੋਗੀ ਜਰਗੜੀ ਵਾਲਾ ਕਹਿੰਦੇ ਖੇਡਦਾ ਰਿਹਾ ਬਾਰਕਿੰਗ ਦੀ ਖੇਡ ਕਲੱਬ ਲਈ ਪੰਜਾਬ ਰਾਜ ਬਿਜਲੀ ਬੋਰਡ ਦੇ ਲਈ ਉਹ ਕਦੇ ਸੈਦੋਗੇ ਵਾਲੇ ਗੋਗੀ ਦੀਆਂ ਗੱਲਾਂ ਕਦੇ ਸ਼ਹਿਰ ਵਾਲੇ ਦੀਆਂ
आ नौजवान का ना भी गोगिया जी ने कबड्डी पाई है, बहुत हौसले के नाल अगे वाल वाधा होया। पाई वाला कैली और फड़गुट लाउंदा नौजवान कैंची, पर पॉइंट जिहड़ा रेडर दे हिस्से आओ गोगी कहिंदे इक तकड़ा नंबर जुड़ गया। लो मीतू दी कबड्डी पै रही है, उधर सतगुर रतिया गुरजीवन रतिया नाल पिंदी बरेटा, इन्हां दे बड़े सहयोग ने साडे वीर ने, बहुत वड्डा धन्नवाद है साडे भाइयां दा। आओ किवें रेड पै रही है, दुनिया देखदी है। सुखपाल फिकर ला के पासे रखदे, हुण मेला चोटी दा होया, टीमां पकड़ियां ने, कट्ठ बहुत वड्डा है। आओ किवें हैगी रेड, बिक्के दी पै रही है। आओ बिक्का शात्र वाला कबड्डी पा रहा है, लाए वाला वीर मनी इत्थे भी मेरी आवाज सुणदा, ओ सुखपाल नूं मिले एक दो तीन दे उत्ते अज लाइव पूरी दुनिया वेख रही। आओ सामने कैली पाई वाला मुकाबला करता है, इस समय नौजवान मारदा है धक्के दे दूजे पासे, शात्र वाला है, शात्र वाला है। ओ झनेड़ी वाले सत्त दे फैसले होणगे, झनेड़ी वाले सत्त दे फैसले ने, फैसला सत्त ते करदा ओ पर फैसला करन नहीं दिंदे पतंदर। सत्त झनेड़ी वाले दा फैसला भी नंबर प्यार रेडर दा है प्यार। ओ माला कहिंदा रीप्ले दे विच देखा जाएगा, ये नंबर रीप्ले दे विच देखा जाएगा, वीडियो दे विच लो। अगली कबड्डी फिर टीटा पाउण दे वास्ते वाधा होया, धनौरी वाले टीटे दी कबड्डी पै रही है, टीटे दी कबड्डी पै रही है। बब्बू कुल्लरिया बड़ा प्यारा वीर है साडा, बड़े प्यार ने चंद्रया, जिहड़े हिसाब नाल तू प्यार दित्ता ना मैं सांभ के रखूंगा, दिलों दुआवां दे वीर है बब्बू कुल्लरिया साडा। मनना पैना मनना पैना मनना पैना मनना पैना है, झनेड़ी वाले दे फैसले मनने पैने है, झनेड़ी वाले दे फैसले है ते मैच आ भी फैसला मनना पैना है। समाप्त की दे किन्ने नंबर नंबरां वाला बाई, नंबर रिकू जरूर दस दे बाई। अगले मैच दीआं टीमां खेड ग्राउंड दे विच आ जाण जी, दिड़बा ते फतेहगढ़ छन्ना, दिड़बा ते फतेहगढ़ छन्ना दूजा सैमीफाइनल 15 नंबर ने सौंगल दे, धनौरी दे 12.5 नंबर ने, सौंगल दी टीम जिहड़ी फाइनल दे विच पुज गई है। दिड़बा मंडी वर्सज फतेहगढ़ छन्ना, दोनों टीमां खेड ग्राउंड दे विच आ जाण जी, बहुत वड्डा धन्नवाद। उधर दूजा सैमीफाइनल वीर कह के गया कि अमरीके आपां नूं जानू बद प्यारे ने, सुखा बरेटा बिंदी बरेटा गुरजीवन रतिया सतगुर रतिया मक्खन कुलरिया चैरी चैल ते काला गरेवाल जानू बद प्यारे ने, दिलों धन्नवाद।